ਐਰੇ ਦੋਸਤੋ ਤੁਹਾਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸ਼ਬਖੈਰ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਮੈਂ ਅੱਜ ਲੈ ਕੇ ਹਾਜ਼ਰਾਂ ਰਿਸ਼ਮ ਚਾਨਣੀ ਗੁੰਮ ਇੱਕ ਕਵਤਾ ਜੋ ਕਿ 1999 ਦੇ ਦਰਮIAN ਲਿਖੀ ਗਈ ਹੈ ਉਸ ਵੇਲੇ ਜੋ ਪੰਜਾਬ ਦਾ ਮਾਹੌਲ ਸੀ ਮੈਂ ਕੋਸ਼ਿਸ਼ ਕੀਤੀ ਹੈ ਤੇ ਮੇਰੇ ਕਵਤਾ ਦੇ ਬੋਲ ਨੇ ਪਟਕਦੇ ਰਿਸ਼ਤਿਆਂ ਤੋਂ ਕੀ ਦੀ ਬਾਤ ਪਾਈਏ ਦੋਸਤੋ ਸੋ ਚੁੱਕੀ ਰਾਤ ਨੂੰ ਕਿੰਜ ਜਗਾਈਏ ਦੋਸਤੋ ਰਿਸ਼ਮ ਚਾਨਣੀ ਗੁੰਮ ਹੈ ਅਤੇ ਚਕੌਰ ਵੀ ਅਲੋਪ ਕੰਚਨ ਦੇ ਵਿੱਚ ਸੁਹਾਗਾ ਕਿੰਜ ਮਲਾਈਏ ਦੋਸਤੋ ਸ਼੍ਰੀ ਆਮ ਛੱਪਰ ਜਲ ਰਿਹਾ ਹੈ ਰਾਤਾਂ ਨੇ ਡੋਰ ਭਾਰੀਆਂ ਵਿੱਚ ਪਾਣੀ ਨਾ ਅੱਗ ਅਜ ਕਿੰਜ ਵਜਾਈਏ ਦੋਸਤੋ ਰੁਤਾਂ ਨਾ ਮੰਨਣ ਹਾਰੀਆਂ ਪੱਥਰ ਨਾ ਬੂੰਦ ਮੰਨ ਦਾ ਰਾਣੀ ਹਮੇਲਾਂ ਵਾਲੀ ਨੂੰ ਕਿੰਜ ਮਨਾਈਏ ਦੋਸਤੋ ਇਹ ਧਰਤੀ ਪੰਜ ਦਰਿਆਵਾਂ ਦੀ ਕੌਣ ਨਜ਼ਰ ਹੈ ਲਾ ਗਿਆ ਇਹ ਧਰਤੀ ਪੰਜ ਦਰਿਆਵਾਂ ਦੀ ਕੌਣ ਨਜ਼ਰ ਹੈ ਲਾ ਗਿਆ ਮੋੜ ਕੇ ਮਿਰਚਾਂ ਅੱਗ ਤੇ ਕਿੰਜ ਵਰਾਈਏ ਦੋਸਤੋ ਢਿੱਲੋਂ ਕਦੋਂ ਦਾ ਤੜਪਦਾ ਕੋਈ ਤੇ ਪਾਣੀ ਦੇਵੇਗਾ ਢਿੱਲੋਂ ਕਦੋਂ ਦਾ ਤੜਪਦਾ ਕੋਈ ਤੇ ਪਾਣੀ ਦੇਵੇਗਾ ਅੱਲੇ ਜ਼ਖਮਾਂ ਤੇ ਨਮਕ ਨੂੰ ਕਿੰਜ ਤੁਆਈਏ ਦੋਸਤੋ ਅੱਲੇ ਜ਼ਖਮਾਂ ਤੇ ਨਮਕ ਨੂੰ ਕਿੰਜ ਤੁਆਈਏ ਦੋਸਤੋ ਏਸੀ ਉਸ ਵੇਲੇ ਦੀ ਗਾਥਾ ਦਿਸ਼ਮ ਚਾਨਣੀ ਗੋਮ